ਮੇਰਾ ਨਾਮ ਰਾਜਵੀਰ ਵੀਰੇ। ਰਾਜਵੀਰ ਬਸ ਸਟੈਂਡ ਕਿਉਂ ਇਕੱਠੇ ਹੋਏ ਤੁਸੀਂ? ਅਸੀਂ ਸੁਨਾਮ ਜਾਂਦੇ ਜੀ। ਕਾਰਨ ਕੀ ਹੈ, ਕੋਈ ਡਿਟੇਲ ਦੀ ਗੱਲ? ਕਾਰਨ ਕੀ ਹੈ ਜੀ, ਇੱਥੇ ਤਿੰਨ ਬੱਸਾਂ ਚੱਲਦੀਆਂ ਨੇ ਜੀ, ਇੱਕ 7:50 ਤੇ ਵਾਇਆ ਨਗਲਾ, ਇੱਕ 8:05 ਤੇ ਮਿੰਨੀ ਚੱਲਦੀ ਹੈ, ਇੱਕ 8:15 ਤੇ ਵੱਡੀ ਬੱਸ ਚੱਲਦੀ ਹੈ, ਜਿਹਦੇ ਵਿੱਚ ਦੋ ਬੱਸਾਂ 52 ਸੀਟਰ ਨੇ ਅਤੇ ਇੱਕ ਬੱਸ 26 ਸੀਟਰ ਹੈ। ਠੀਕ ਹੈ ਜੀ, ਸਾਡਾ ਮੇਨ ਰੌਲਾ ਇਹੀ ਹੈ ਵੀ ਜਿਹੜੀਆਂ ਇੱਥੇ ਆਪਣੇ ਲਹਿਰੇ ਨੂੰ ਸੁਨਾਮ ਤੋਂ ਸੰਗਰੂਰ ਤੱਕ ਆਪਾਂ ਨੂੰ ਬੱਸਾਂ ਪ੍ਰੋਵਾਈਡ ਕੀਤੇ ਜਾਣ ਸਰਕਾਰੀ। ਦੂਜੀ ਗੱਲ, ਇੱਥੇ ਹੁਣ ਜਿੰਨੇ ਵੀ ਸਫ਼ਰ ਕਰਦੇ ਨੇ ਸੁਨਾਮ ਤੋਂ ਲਹਿਰੇ ਤੋਂ ਸੁਨਾਮ ਜਾਂ ਸੰਗਰੂਰ, ਸਭ ਡੇਲੀ ਕੰਮਕਾਰ ਵਾਲੇ ਨੇ ਅਤੇ ਡੇਲੀ ਪਾਸ ਬਣਾਏ ਹੋਏ ਨੇ। ਪਾਸ ਵੀ PRTC ਨੇ ਸਾਨੂੰ ਦਿੱਤੇ ਹੋਏ ਨੇ ਵੀ ਤੁਸੀਂ ਡੇਲੀ ਸਫ਼ਰ ਕਰੋ, ਤੁਹਾਡਾ ਅੱਧਾ ਖਰਚਾ ਲੱਗੂਗਾ। ਹੁਣ ਸਾਡੇ ਪਾਸ ਵੀ ਬਣਾਤੇ, ਸਾਨੂੰ ਸਰਕਾਰੀ ਕੋਈ ਬੱਸਾਂ ਵੀ ਨਹੀਂ ਹੈਗੀਆਂ, ਹੁਣ ਅਸੀਂ ਪ੍ਰਾਈਵੇਟ 'ਤੇ ਜਾਂਦੇ, ਨਾਲ ਤਾਂ ਅਸੀਂ ਪਾਸ ਬਣਾਉਂਦੇ ਹਾਂ, ਨਾਲੇ ਅਸੀਂ ਪੈਸੇ ਲਾ ਰਹੇ ਹਾਂ, ਪਾਸ ਬਣਾਉਣ ਦੇ ਬਾਵਜੂਦ ਵੀ ਸਾਨੂੰ ਡੇਲੀ ਕਿਰਾਇਆ ਲਾਉਣਾ ਪੈਂਦਾ। ਦੂਜੀ ਗੱਲ, ਜਿਹੜੀ ਪ੍ਰਾਈਵੇਟ ਨੇ ਹੁਣ ਭਰ ਕੇ ਜਾਂਦੀਆਂ ਨੇ, ਸਾਨੂੰ ਰੋਜ਼ ਲੜ ਕੇ ਧੱਕਾ ਮੁੱਕੀ ਕਰਕੇ ਚੜ੍ਹਨਾ ਪੈਂਦਾ। ਪ੍ਰਸ਼ਾਸਨ ਨੂੰ ਅਸੀਂ ਫੋਨ ਕੀਤਾ ਸੀ, ਇਹਦੇ ਲਹਿਰੇ ਆਪਣੇ ਜਿਹੜੇ ਵਰਿੰਦਰ ਗੋਇਲ ਨੇ ਜੀ, MLA ਸਾਹਿਬ, ਉਹਨਾਂ ਨੂੰ ਫੋਨ ਕੀਤਾ, ਉਹ ਕਹਿੰਦੇ ਜੀ ਹੱਲ ਹੋ ਗਿਆ। ਹਾਲਾਂਕਿ ਇਹ 8:05 ਦਾ ਜਿਹੜੀ ਬੱਸ ਚੱਲਦੀ ਸੀ ਉਹ ਪਹਿਲੀ ਹੀ ਚੱਲਦੀ ਸੀ, ਇਹੀ ਕਹਿੰਦੇ ਹੱਲ ਹੋ ਗਿਆ, ਇਹਨਾਂ ਨੇ ਸਾਡਾ ਕੋਈ ਹੱਲ ਨਹੀਂ ਕਰਿਆ। ਉਸ ਤੋਂ ਬਾਅਦ ਅਸੀਂ ਆਪਣਾ ਲਾਲਜੀਤ ਭੁੱਲਰ ਨੂੰ, MLA ਨੇ, ਜਿਹੜੇ ਮੰਤਰੀ ਨੇ, ਜਿਹੜੇ ਟਰਾਂਸਪੋਰਟ ਮੰਤਰੀ ਨੇ, ਉਹਨਾਂ ਨੂੰ ਕਹਿਤਾ, ਉਹਨਾਂ ਨੇ ਸਾਡਾ ਕੋਈ ਹੱਲ ਨਹੀਂ ਕਰਾਇਆ। ਅਸੀਂ 3-4 ਵਾਰੀ PRTC ਵਾਲੇ ਮੁਲਾਜ਼ਮਾਂ ਨੂੰ ਕਹਿਤਾ ਵੀ ਕੋਈ ਹੱਲ ਕਰਾਓ, ਸਾਡਾ ਕੋਈ ਵੀ ਹੱਲ ਨਹੀਂ ਕਰ ਰਿਹਾ। ਹੁਣ ਸਾਡਾ ਹੁਣ ਇਸ ਲੈਵਲ 'ਤੇ ਸਾਡਾ ਕੋਈ ਹੱਲ ਕੀਤਾ ਜਾਵੇ, ਜਾਂ ਤਾਂ ਪਾਸ ਨਾ ਬਣਾਓ, ਜਾਂ ਫਿਰ ਜੇ ਪਾਸ ਬਣਾਏ ਨੇ ਤਾਂ ਸਾਰਿਆਂ ਨੂੰ ਇਹ ਸੁਵਿਧਾ ਦਿੱਤੀ ਜਾਵੇ। ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ, ਗੁਰਪ੍ਰੀਤ ਸਿੰਘ ਐਡਵੋਕੇਟ, ਡਿਸਟ੍ਰਿਕਟ ਸੰਗਰੂਰ। ਸਾਡੀ ਸਰਕਾਰ ਨੂੰ ਇਹੀ ਬੇਨਤੀ ਹੈ ਕਿ ਸਾਰੀਆਂ ਬੱਸਾਂ ਦੀ ਟਾਈਮਿੰਗ ਹੈ, ਜੋ ਉਹਨਾਂ ਦਾ ਟਾਈਮ ਹੈ, ਸਾਰੀਆਂ ਬੱਸਾਂ ਚੱਲਣੀਆਂ ਚਾਹੀਦੀਆਂ ਨੇ। ਬੱਸਾਂ ਤਕਰੀਬਨ 3 ਬੱਸਾਂ ਚੱਲਦੀਆਂ ਨੇ, ਇੱਕ 7:50 'ਤੇ, 8:05 'ਤੇ ਅਤੇ 8:15 'ਤੇ, ਪਰ 3 ਬੱਸਾਂ 'ਚੋਂ ਇੱਕੇ ਬੱਸ ਚੱਲਦੀ ਹੈ, ਜਿਹਦੇ ਕਾਰਨ ਸਾਰੀਆਂ ਸਵਾਰੀਆਂ ਨੂੰ, ਸਟੂਡੈਂਟਸ ਨੂੰ ਅਤੇ ਹੋਰ ਕੰਮਕਾਰ ਵਾਲੇ ਸਾਰੇ ਬੰਦਿਆਂ ਨੂੰ ਬੜੀ ਪਰੇਸ਼ਾਨੀ ਆਉਂਦੀ ਹੈ। ਤਾਂ ਸਾਡੀ ਸਰਕਾਰ ਨੂੰ ਵਾਰ ਵਾਰ ਇੱਕੋ ਬੇਨਤੀ ਹੈ ਵੀ ਸਾਰੀਆਂ ਬੱਸਾਂ ਜਿਹੜੀਆਂ ਚੱਲ ਰਹੀਆਂ ਨੇ ਉਹਨਾਂ ਨੂੰ ਚਲਾਉਣ, ਬੱਸਾਂ ਇੱਥੋਂ ਹਟਾ ਕੇ ਖਨੌਰੀ ਬਾਰਡਰ 'ਤੇ ਭੇਜਤੀਆਂ, ਕਿ ਉਹ ਸਾਰੀਆਂ ਬੱਸਾਂ ਲਹਿਰੇ ਗਾਗੇ ਨਹੀਂ ਖਨੌਰੀ ਬਾਰਡਰ 'ਤੇ ਭੇਜਣੀਆਂ ਸੀ। ਅਸੀਂ ਵਾਰ ਵਾਰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਸਾਰੀਆਂ ਬੱਸਾਂ ਚਲਾਉਣ, ਅਤੇ ਤਾਂ ਕਿ ਬੱਸ ਨੂੰ ਰੋਕਣ ਦਾ ਕੋਈ ਕਾਰਨ ਨਹੀਂ ਹੈਗਾ। ਬੱਸਾਂ ਦੇ ਵਿੱਚ ਰੂਲ ਕਰਿਆ ਹੋਇਆ ਵੀ ਜਿੰਨੀਆਂ ਸੀਟਾਂ ਉਨੇ ਬੰਦੇ ਚੜ੍ਹ ਕੇ ਜਾਣਗੇ, ਪਰ ਹੋਰ ਬੱਸਾਂ ਨਾ ਆਉਣ ਦੇ ਕਾਰਨ ਲੋਕ ਇੱਕੋ ਬੱਸ ਚੜ੍ਹ ਜਾਂਦੇ ਨੇ, ਅਤੇ ਕੰਡਕਟਰ ਡਰਾਈਵਰ ਆਪਣੀ ਰੂਲ ਕਾਰਨ ਮਜਬੂਰ ਨੇ ਵੀ ਹੋਰ ਨੂੰ ਲੈ ਕੇ ਨਹੀਂ ਜਾ ਸਕਦੇ, ਤਾਂ ਕਰਕੇ ਬੱਸ ਰੋਕ ਰੱਖੀ ਇਹਨਾਂ ਨੇ। ਜਸਵੀਰ ਸਿੰਘ ਜੀ, ਬੱਸ ਖੜਾਉਣ ਦਾ ਕਾਰਨ ਇਹ ਹੈ ਜੀ, 26 ਸਵਾਰੀਆਂ ਬਹਿੰਦੀਆਂ ਨੇ, 26 ਤੋਂ ਕਨੈਕਟਰ ਡਰਾਈਵਰ ਨੇ ਵਿਚਾਰ 5-4 ਵੱਧ ਲੈ ਜਾਂਗੇ, ਬਟ ਸਵਾਰੀ ਨਹੀਂ ਬਣਦੀ ਲੈ ਕੇ ਨਹੀਂ ਆਉਂਦੇ। ਇਹਦਾ ਕਾਰਨ ਇਹ ਹੈ ਵੀ ਸਾਰੇ ਸਟੂਡੈਂਟ, ਜਿੰਨੇ ਮੁਲਾਜ਼ਮ ਸਾਰੇ ਪਰੇਸ਼ਾਨ ਹੋ, ਕਿਸੇ ਦਾ ਡੇਲੀ ਪਾਸ ਆ, ਕਿਸੇ ਦਾ ਸਟੂਡੈਂਟ ਪਾਸ ਆ, ਸਾਰਿਆਂ ਨੂੰ ਦਿੱਕਤ ਆਉਂਦੀ ਆ। ਇਹ ਜਿਹੜੇ ਆਪਣੇ 7:50, 8:15 ਟਾਈਮ ਆ, ਇਹਨਾਂ ਖਨੌਰੀ ਬਾਰਡਰ 'ਤੇ ਚੱਕ ਕੇ ਮਰੀਆਂ ਬੱਸਾਂ ਵੀ ਲਹਿਰੇ ਪਾ ਕੇ, ਸਟੂਡੈਂਟ ਜਾਂ ਸਟਾਫ ਡੇਲੀ ਕਿੱਥੇ ਜਾਊਗਾ? ਕਿਤੇ ਇਹ ਬੇਨਤੀ ਹੈ ਸਰਕਾਰ ਨੂੰ ਵੀ ਕਿਰਪਾ ਕਰਕੇ ਜਿਹੜੀ ਬੱਸਾਂ ਨੇ ਉਹ ਟਾਈਮ ਸਿਰ ਇੱਥੇ ਆਉਣ। ਧੰਨਵਾਦ। ਕੁਲਦੀਪ ਸਿੰਘ ਜੀ, ਕੁਲਦੀਪ ਸਿੰਘ, ਬੱਸ ਖੜਾਉਣ ਦਾ ਕਾਰਨ ਕੀ ਹੈਗਾ, ਕੀ ਕੰਮ ਕਰਦੇ ਤੁਸੀਂ ਇੱਥੇ? ਮੈਂ ਕੰਡਕਟਰ ਹਾਂ ਜੀ, PRTC ਸਵਰੂ ਡੀਪੂ ਦਾ। ਬੱਸ ਖੜਾਉਣ ਦਾ, ਸਵਾਰੀਆਂ ਨੇ ਬੱਸ ਰੋਕੀ ਹੈ ਜੀ, ਇੱਥੇ ਟਾਈਮ ਨੇ 3 ਸਵਾਰੀ ਹੈ, ਗੱਡੀ ਹੈ ਮਿੰਨੀ, 27 ਸੀਟਡ ਹੈ ਜੀ, 27 ਸਵਾਰੀਆਂ ਲੋੜ ਨੇ ਸਾਨੂੰ, ਅਤੇ ਸਵਾਰੀ ਖੜੀ ਇੱਥੇ 150, ਜੇ ਤਾਂ ਮੈਂ 5-7 ਖੜਾ ਕੇ ਲੈ ਕੇ ਜਾਵਾਂ, ਉਹ ਉਹਨਾਂ ਦੇ ਇਤਰਾਜ਼ ਕਰਦੇ ਨੇ ਵੀ ਉਹਨਾਂ ਨੂੰ ਵੀ ਲਾਓ ਜਾਂ ਸਾਰੇ ਜਾਵਾਂਗੇ। ਓਵਰਲੋਡ ਤਾਂ ਅਸੀਂ ਲੈ ਕੇ ਨਹੀਂ ਜਾ ਸਕਦੇ ਜੀ, ਸਰਕਾਰ ਦੇ ਆਰਡਰ ਨੇ।
ਇੱਥੇ 15-20-25 ਮਿੰਟ ਹੋ ਗਏ ਬੱਸ ਖੜੀ ਹੋਈ, 8:15 ਦਾ ਟਾਈਮ ਹੈ। ਇਹ ਤਾਂ ਗੱਡੀ ਪਿੱਛੋਂ ਹੀ ਫੁੱਲ ਹੋ ਜਾਂਦੀ, ਜਾ ਕੇ ਮੂਣ ਕਢਾਉਣ ਦੀ ਹੈ ਜੀ, ਇਹਦਾ ਜਾਖਲ ਚੋਟੀਆਂ ਤੋਂ ਹੀ ਗੱਡੀ ਸੀਟਡ ਹੋ ਜਾਂਦੀ ਫੁੱਲ, ਮਤਲਬ ਕਿ ਇੱਥੇ ਘੱਟੋ ਘੱਟ 150 ਸਵਾਰੀ ਖੜੀ ਹੈ। ਇੱਥੇ ਜਿਹੜੇ ਦੋ ਟਾਈਮ ਹੈਗੇ ਉਹ ਤਿੰਨ ਟਾਈਮ ਨੇ ਜੀ ਸਾਡੇ, ਹੋਰ ਦੋ ਟਾਈਮ ਗੱਡੀਆਂ ਘੱਟ ਹੋਣ ਕਾਰਨ ਗੱਡੀ ਇੱਕੋ ਆ ਰਹੀ ਇੱਥੇ। ਇੱਕ 7:50 ਹੈ ਜੀ, ਇੱਕ 8:04 ਹੈ, ਇੱਕ 8:16 ਹੈ।